पढ़ता पंजाब मुहिम के तहत धूरी विखे एक समागम करवाया गया जिस विच मुख्यमंत्री भगवंत मान की धर्मपत्नी डॉक्टर गुरप्रीत कौर ने शिरकत की। इस मौके धूरी की ए पी सॉलवैक्स वालों धूरी के 31 स्कूलों विच पढ़न वाले बच्चों की सिक्ख्या का खर्चा मुख्यमंत्री की पत्नी नू चैक के रूप में दिता गया। इस मौके ए पी सॉलवैक्स के प्रबंधकों का कहना सी कि वह हर साल लोड़वंद बच्चों की पढ़ाई विच मदद करते रहेंगे ते धूरी हल्के दे अजिहे स्कूलों नू अडोप्ट करके उत्थे दी सिक्ख्या का खर्चा खुद चक्कणगे। उन्हां कहा कि इन्हां अडोप्ट कीते स्कूलों विचों पहले 2 नंबर ते आउण वाले विद्यार्थियों की पढ़ाई का सारा खर्चा भी उन्हां वल्लों चुकिया जाएगा। देखो जी अज बहुत वधिया उपराला जी राइसिला फाउंडेशन ग्रुप वालों जिन्हां ने 31 स्कूल्स ते 5520 बच्चों की फीस भरी है जिहड़ी कि 9वीं तो 12वीं तक की फीस भरी है जिहड़े करके बच्चे जिहड़े पढ़ाई तो हट जांदे आ जी जिन्हां दी इशू हुंदा है फाइनैंशियल इशूज करके बच्चे स्कूलों चो हट जांदे आ उन्हां लई बहुत वधिया उपराला जी। सरकार अपने काम निरंतर कर रही है स्कूलों लई एजुकेशन लई हैल्थ लई स्कूलों दे जे आपां गल करिए तां जिवें सरकार ने स्कूल ऑफ एमिनेंस खोले ने जी नवें जिहड़े प्रिंसीपल्स ने उन्हां नूं ट्रेनिंग लई बाहर भेजा जा रहा है जिहड़ा इंफ्रास्ट्रक्चर चाहिए स्कूल्स लई वह भी प्रोवाइड किया जा रहा है। सो बहुत वधिया उपराला है सरकार नाल रल के इंडस्ट्रियलिस्ट नूं भी होर भी जिहड़े समाज सेवी ने एनजीओज ने उन्हां नूं मिल के इहो जिहे होर उपराले करने चाहिए ने ते जिहड़ा विद्या दा चानण है वह घर घर च फैले ते गरीबी का बेरोजगारी का हनेरा दूर होवे जी। देखो जी हर वर्ग नूं उपर चकना चाहुंदे ने सीएम साहब दा जी पंजाब सरकार हर वर्ग लई चिंतत है हर वर्ग लई कम कर रही है जिहड़ा भी है तुसीं जिहड़ा मर्जी वर्ग ला लईए जी आपां ਸੋ ਏਦਾਂ ਹੀ ਕੰਮ ਚੱਲਦੇ ਰਹਿਣਗੇ ਜੀ ਅੱਗੇ ਵੀ ਚੱਲਦੇ ਰਹਿਣਗੇ ਬਸ ਅਤੇ ਓਵਰ ਬ੍ਰਿਜ ਦਾ ਕੰਮ ਚੱਲ ਰਿਹਾ ਜੀ ਜਿਹੜੇ ਐਸਟੀਮੇਟਸ ਲਾਉਣੇ ਨੇ ਜਾਂ ਹੋਰ ਸਰਕਾਰੀ ਕੰਮ ਨੇ ਉਹ ਚੱਲ ਰਹੇ ਨੇ ਜਲਦ ਤੋਂ ਜਲਦ ਜੀ ਇਹ ਵੀ ਕੰਮ ਜਿਹੜਾ ਅਧੂਰਾ ਕੰਮ ਬਹੁਤ ਸਾਲਾਂ ਤੋਂ ਅਧੂਰਾ ਇਹ ਵੀ ਪੂਰਾ ਹੋਊਗਾ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਅਸੀਂ ਪਿਛਲੇ ਸਾਲ ਇਹ ਪ੍ਰੋਜੈਕਟ ਉਲੀਕਿਆ ਜਿਸ ਦਾ ਨਾਂ ਹੈ ਪੜ੍ਹਦਾ ਪੰਜਾਬ। ਪੜ੍ਹਦਾ ਪੰਜਾਬ ਪ੍ਰੋਜੈਕਟ ਇਸ ਵੇਲੇ ਜੋ SSP ਸਨ ਸਰਦਾਰ ਮਨਦੀਪ ਸਿੰਘ ਸਿੱਧੂ ਜੀ ਜੋ ਇਸ ਵੇਲੇ CP ਲੁਧਿਆਣਾ ਹਨ ਉਹਨਾਂ ਦੇ ਰਹਿਨਮਾਈ ਦੇ ਵਿੱਚ ਇਹ ਪ੍ਰੋਜੈਕਟ ਅਸੀਂ ਚਾਲੂ ਕਰਿਆ ਜਿਸ ਦਾ ਪਰਪਜ਼ ਇਹ ਸੀਗਾ ਕਿ ਜੋ ਵੀ ਬੱਚੇ ਚਾਹੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਚਾਹੇ ਪ੍ਰਾਈਵੇਟ ਸਕੂਲਾਂ 'ਚ ਵੀ ਜੋ ਲੋੜਵੰਦ ਬੱਚੇ ਨੇ ਉਹਨਾਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਸਾਡੇ ਰਾਇਸੀਲਾ ਫਾਊਂਡੇਸ਼ਨ ਵੱਲੋਂ ਭਰੀਆਂ ਜਾਣਗੀਆਂ। ਪਿਛਲੇ ਸਾਲ ਅਸੀਂ ਇਸ ਪ੍ਰੋਜੈਕਟ ਅਧੀਨ ਤਕਰੀਬਨ 87 ਲੱਖ ਤੇ 40 ਹਜ਼ਾਰ ਰੁਪਇਆ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਸ ਦੇ ਵਿੱਚ ਕਿ ਆਪਾਂ ਸਰਕਾਰੀ ਸਕੂਲ ਦੀਆਂ ਫੀਸਾਂ ਕਹਿ ਸਕਦੇ ਹਾਂ ਲੋੜਵੰਦ ਬੱਚਿਆਂ ਦੀਆਂ ਫੀਸਾਂ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਵੀ ਪੜ੍ਹਦੇ ਨੇ ਕੁਛ ਲਾਇਬ੍ਰੇਰੀਆਂ ਦੀ ਸਥਾਪਨਾ ਹੋ ਰਹੀ ਹੈ ਉਹਨਾਂ ਵਾਸਤੇ ਸਪੋਰਟ ਜੋ ਦਿੱਤੀ ਗਈ ਤਾਂ ਇਸ ਤਰ੍ਹਾਂ ਕਰਕੇ 87 ਲੱਖ 40 ਹਜ਼ਾਰ ਰੁਪਇਆ ਅਸੀਂ ਪਿਛਲੇ ਸਾਲ ਆਪਣੇ CSR ਫੰਡ ਦੇ ਵਿੱਚੋਂ ਇਸ ਪ੍ਰੋਜੈਕਟ ਦੇ ਵਿੱਚ ਖਰਚਿਆ ਪੜ੍ਹਦਾ ਪੰਜਾਬ ਦੇ ਅਤੇ ਉਸ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਅਸੀਂ ਫਿਰ ਇਹ ਫੈਸਲਾ ਕਰਿਆ ਕਿ ਜਿੰਨੇ ਵੀ ਸਾਡੇ ਧੂਰੀ ਕੰਸਟੀਚੁਐਂਸੀ ਦੇ ਵਿੱਚ ਸਕੂਲ ਪੈਂਦੇ ਹਨ ਤਕਰੀਬਨ 31 ਸਕੂਲ ਹਨ ਉਹਨਾਂ ਵਿੱਚ 5520 ਬੱਚੇ ਪੜ੍ਹਦੇ ਹਨ ਉਹਨਾਂ ਦੀ ਟੋਟਲ ਫੀਸ ਦੀ ਜੋ ਰਕਮ ਹੈ ਉਹ 43,80,000 ਰੁਪਏ ਬਣਦੀ ਹੈ ਉਸ ਦੇ ਚੈੱਕ ਜੋ ਹੈ ਅੱਜ ਇੱਥੇ ਫੰਕਸ਼ਨ ਦੇ ਵਿੱਚ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਪੰਜਾਬ ਦੇ ਧਰਮਪਤਨੀ ਹਨ ਉਹਨਾਂ ਵੱਲੋਂ ਅੱਜ ਦਿੱਤੇ ਗਏ ਹਨ ਅਤੇ ਸਾਨੂੰ ਉਮੀਦ ਹੈ ਕਿ ਇਹਦੇ ਨਾਲ ਬੱਚਿਆਂ ਦੀ ਜਿੱਥੇ ਸਹਾਇਤਾ ਹੋਏਗੀ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਹੋਏਗੀ ਤਾਂ ਉਹਨਾਂ ਨੂੰ ਇੱਕ ਮੋਟੀਵੇਸ਼ਨ ਵੀ ਮਿਲੇਗੀ। ਮੇਰਾ ਮਕਸਦ ਸਹਾਇਤਾ ਤੋਂ ਵੱਧ ਕੇ ਮੋਟੀਵੇਸ਼ਨ ਦਾ ਹੈ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਅੱਗੇ ਆ ਕੇ ਸਾਰਿਆਂ ਨੂੰ ਪ੍ਰੇਰਣਾ ਦੇ ਰਿਹਾ ਕਿ ਵੀ ਤੁਸੀਂ ਵੀ ਪੜ੍ਹੋ ਅਸੀਂ ਤੁਹਾਡੇ ਨਾਲ ਹੈ। ਸੋ ਅਸੀਂ ਪ੍ਰੇਰਣਾ ਦੇ ਰਹੇ ਹਾਂ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਆਪਣੇ ਇਸ ਗੋਲਡਨ ਪੀਰੀਅਡ ਦਾ ਕਿਉਂਕਿ ਜਿਹੜਾ ਪੀਰੀਅਡ ਹੁੰਦਾ ਬੱਚਿਆਂ ਦਾ ਇਹ ਉਮਰ ਜਿਹੜੀ ਹੁੰਦੀ ਹੈ ਇੱਕ ਗੋਲਡਨ ਪੀਰੀਅਡ ਹੁੰਦਾ ਕਿ ਇਸ ਦੇ ਵਿੱਚ ਅਗਰ ਬੱਚੇ ਮਿਹਨਤ ਕਰਕੇ ਅੱਛੀ ਪੜ੍ਹਾਈ ਲਿਖਾਈ ਕਰ ਲੈਣ ਤਾਂ ਉਹ ਜ਼ਿੰਦਗੀ ਦੇ ਵਿੱਚ ਇੱਕ ਸਫਲ ਜ਼ਿੰਦਗੀ ਜੀ ਸਕਦੇ ਨੇ ਇੱਕ ਕਾਮਯਾਬ ਜ਼ਿੰਦਗੀ ਜੀ ਸਕਦੇ ਨੇ ਇਹ ਸਾਡਾ ਚੀਜ਼ਾ ਇਸ ਤਰ੍ਹਾਂ ਕਰਿਆ ਤਾਂ ਕਿ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਇਨਸੈਂਟਿਵ ਹੈ ਇੱਕ ਲਾਲਚ ਹੈ ਦਿੱਤਾ ਵੀ ਦੇਖੋ ਕਿਹੜਾ ਲੈ ਸਕਦਾ ਇਹ ਫ੍ਰੀ ਲਾਟਰੀ ਡਿਸਟ੍ਰਿਕਟ ਲੈਵਲ 'ਤੇ ਨਾ ਉਹ ਸਾਡਾ ਕੰਸਟੀਚੁਐਂਸੀ ਲੈਵਲ 'ਤੇ ਕਿਉਂਕਿ ਜਿਹੜੇ 31 ਸਕੂਲ ਅਸੀਂ ਅਡੋਪਟ ਕਰੇ ਨੇ
असं उन्हां स्कूलों की गल करते हैं, सरकारी स्कूलों की गल करते हैं। सरकारी स्कूलों के बच्चे जेड़े भी मैरिट के इकती स्कूलों के अव्वल आएंगे, पहले दो बच्चे उन्हां दी जिन्नी भी पढ़ाई होगी, चाहे वह कोई भी पढ़ाई करना चाहन, मैडिकल की करना चाहन, इंजीनियरिंग की करना चाहन, तो उन्हां दा सारा जो खर्चा है वह साड़ी फाउंडेशन वालों चक्या जाएगा। बाहर दा जी आ गया पूरे इंडिया दे? नहीं, असी फॉरन दा नहीं दवांगे जी, क्योंकि साडा ऑब्जेक्ट यह नहीं है कि असी बच्चे फॉरन भेजने ने, असीं तां फॉरन भेजने तो रोकने ने। इत्थे बच्चे पढ़न, इत्थे रुजगार करन। असी इंडस्ट्री चैंबर के भी साढ़े साथी बुलाए हुए सी इसे करके कि असी वध तो वध उरे इंडस्ट्रियल विकास भी करिए, इत्थे रुजगार भी पैदा करिए, बच्चों पढ़ाईए भी, पढ़ा के उन्होंने घर के बाहर ही कारोबार काम करन दा मौका दे।